ਦਿੱਕਤ ਹੁੰਦੀ ਆ ਬੋਡੀ ਦੀ, ਉਹਦੇ ਨਾਲ ਜੇ ਹੱਥ ਕਿਸੇ ਸਾਈਡ ਨੂੰ ਸਾਡਾ ਜਾ ਰਿਹਾ ਉਹਦੇ ਨਾਲ ਫਿਰ ਸਾਡਾ ਧਿਆਨ ਵੀ ਉੱਧਰ ਚਲਾ ਜਾਂਦਾ। ਦੋ ਗੱਲਾਂ ਸਿੱਖ ਲਈਆਂ। ਤੀਸਰੀ ਗੱਲ ਕਿ ਜਦੋਂ ਟੀਚਰ ਪੁੱਛੇ, ਸਿਖਾਉਣ ਵਾਲਾ ਸੇਵਕ ਜਦੋਂ ਪੁੱਛੇ, ਕੀ ਪੁੱਛਣਾ ਵਾ ਸੇਵਕ ਨੇ ਕਿ ਤੁਹਾਨੂੰ ਗੱਲ ਸਮਝ ਲੱਗ ਗਈ ਆ, ਤੁਸੀਂ ਜਵਾਬ ਦੇਣਾ ਵਾ ਹਾਂਜੀ ਬੋਲੋ, ਹਾਂਜੀ, ਸਿਰ ਨਹੀਂ ਹਿਲਾਉਣਾ। ਸਿਰ ਹਿਲਾਓਗੇ ਨਾ ਠੀਕ ਨਹੀਂ ਲੱਗਦਾ, ਹਾਂਜੀ ਬੋਲਣਾ, ਕੀ ਕਰਨਾ, ਹਾਂਜੀ ਹਾਂਜੀ। ਮੰਨ ਲਓ ਕਿ ਮੀਟਿੰਗ ਦੇ ਵਿੱਚ ਤੁਹਾਡੇ ਲਾਗੇ ਜਾਂ ਤੁਹਾਡੇ ਪਿੱਛੇ ਕੋਈ ਬੈਠਾ ਵਾ, ਜੇ ਉਹਦੇ ਕੋਲ ਫੋਨ ਆ, ਜੇ ਫੋਨ ਰਿੰਗ ਕਰ, ਸੇਵਕ ਨੇ ਆਪੇ ਦੱਸ ਦੇਣਾ ਵਾ ਕਿਸੇ ਨੂੰ, ਤੁਸੀਂ ਨਹੀਂ ਕਿਸੇ ਨੂੰ ਕਹਿਣਾ ਕਿ ਆਪਣਾ ਫੋਨ ਬੰਦ ਕਰ ਲਓ, ਤੁਸੀਂ ਨਹੀਂ ਉੱਧਰ ਧਿਆਨ ਦੇਣਾ, ਤੁਹਾਡਾ ਧਿਆਨ ਸਿੱਖਣ ਵੱਲ ਹੀ ਰਹਿਣਾ ਚਾਹੀਦਾ। ਬੋਲੋ, ਧਿਆਨ ਕਿੱਧਰ ਰਹਿਣਾ ਚਾਹੀਦਾ, ਸਿੱਖਣ ਵੱਲ। ਇੱਕ ਚੀਜ਼ ਹੋਰ ਮੈਂ ਦੱਸਾਂਗਾ, ਪੰਜਵੀਂ ਗੱਲ, ਯਾਨੀ ਕਿ ਸੰਗਤ ਵਿੱਚ ਕੁਛ ਵੀ ਹੁੰਦਾ ਵਾ ਤੇ ਉੱਧਰ ਵੀ ਨਹੀਂ ਧਿਆਨ ਜਾਣਾ ਚਾਹੀਦਾ। ਜੇ ਕੋਈ ਬੱਚਾ ਰੋਂਦਾ ਵਾ ਉੱਧਰ ਵੀ ਨਹੀਂ ਧਿਆਨ ਜਾਣਾ ਚਾਹੀਦਾ, ਬੱਚੇ ਵਾਲੇ ਜਿਹੜੇ ਆਪੇ ਉਹਨਾਂ ਨੇ ਬੱਚੇ ਨੂੰ ਫੜ ਲੈਣਾ, ਠੀਕ ਆ। ਜਦੋਂ ਇੱਦਾਂ ਕੋਈ ਹਰਕਤ ਹੁੰਦੀ ਹੈ ਨਾ, ਸਾਰੇ ਉੱਧਰ ਦੇਖਣ ਲੱਗ ਜਾਂਦੇ ਆ, ਉਦੋਂ ਫਿਰ ਸੇਵਕ ਦਾ ਧਿਆਨ ਤੁਹਾਡੇ ਵੱਲ ਹੁੰਦਾ, ਫਿਰ ਸੇਵਕ ਪਰੇਸ਼ਾਨ ਹੁੰਦੇ, ਫਿਰ ਪਰਮੇਸ਼ੁਰ ਪਰੇਸ਼ਾਨ ਹੁੰਦਾ, ਦੁਖੀ ਹੁੰਦਾ, ਠੀਕ ਆ। ਕਿੰਨੀਆਂ ਗੱਲਾਂ ਸਿੱਖ ਲਈਆਂ, ਚਾਰ, ਬੋਲੋ। ਪੰਜਵੀਂ ਗੱਲ, ਜਦੋਂ ਵੀ ਹੁਣ ਆਪਣਾ ਸੱਜਾ ਹੱਥ ਸਾਰੇ ਨੇ ਦਾ ਉੱਪਰ ਕਰੋ, ਜਦੋਂ ਵੀ ਉਬਾਸੀ ਆਉਂਦੀ ਆ, ਯਾਨੀ ਕਿ ਅਸੀਂ ਜਦੋਂ ਉਬਾਸੀ ਲੈਂਦੇ ਹਾਂ ਤੇ ਅਸੀਂ ਮੂੰਹ ਖੋਲਦੇ ਆ, ਵੈਨ ਐਵਰ ਵੀ ਯੋਨ, ਯਾਨੀ ਕਿ ਉਬਾਸੀ ਆਉਂਦੀ ਤੇ ਅਸੀਂ ਆਪਣਾ ਮੂੰਹ ਖੋਲਦੇ ਆ ਸੱਜਾ ਹੱਥ, ਜਦੋਂ ਅਸੀਂ ਉਬਾਸੀ ਲੈਂਦੇ ਹਾਂ ਅਸੀਂ ਆਪਣਾ ਮੂੰਹ ਖੋਲਣੇ, ਤੇ ਇੱਦਾਂ ਕਰਕੇ ਇੱਦਾਂ ਨਹੀਂ ਕਰਨਾ, ਆਪਣੇ ਮੂੰਹ ਦੇ ਅੱਗੇ ਹੱਥ ਰੱਖ ਲੈਣਾ, ਕੀ ਰੱਖਣਾ, ਇੱਦਾਂ ਕਰੋ ਸਾਰੇ, ਹੁਣ ਨੀਚੇ ਕਰ। ਇਹ ਹੋ ਗਈਆਂ ਪੰਜ ਗੱਲਾਂ, ਠੀਕ ਆ। ਛੇਵੀਂ ਗੱਲ, ਉਬਾਸੀ ਨੀਚੇ ਕਰ ਲਓ। ਛੇਵੀਂ ਗੱਲ ਆ, ਉਬਾਸੀ ਉਹਨੂੰ ਆਉਂਦੀ ਆ ਜਿਹੜਾ ਧਿਆਨ ਨਾਲ ਨਹੀਂ ਸੁਣਦਾ, ਬੋਲੋ, ਜਿਹੜਾ ਜਿਹੜਾ ਹੁਸ਼ਿਆਰ ਹੋ ਕੇ ਅਤੇ ਚੁਕੰਨਾ ਹੋ ਕੇ ਨਹੀਂ ਸੁਣ ਰਿਹਾ ਉਹਨੂੰ ਉਬਾਸੀ ਆਏਗੀ। ਇਸ ਕਰਕੇ ਪੰਜਵਾਂ ਕੰਮ ਨਹੀਂ ਕਰਨਾ, ਜਾਂ ਆ ਵੀ ਜਾਂਦੀ ਜੇ ਤੁਸੀਂ ਇੱਦਾਂ ਬੈਠੇ ਹੋ ਫਿਰ ਇੱਦਾਂ ਹੱਥ ਰੱਖ ਲੈਣਾ, ਇੱਦਾਂ ਨਹੀਂ ਕਰਨਾ, ਠੀਕ ਆ। ਲੇਕਿਨ ਉਬਾਸੀ ਉਹਨੂੰ ਆਉਂਦੀ ਜਿਹੜਾ ਹੁਸ਼ਿਆਰ ਹੋ ਕੇ ਨਹੀਂ ਬੈਠਦਾ, ਜਿਹੜਾ ਸੁਸਤ ਹੋ ਕੇ ਬੈਠਾ, ਠੀਕ ਆ, ਸੁਸਤ ਹੋ ਕੇ ਜਿਹੜਾ ਸੁਣ ਰਿਹਾ ਵਾ। ਅੱਖਾਂ ਸੇਵਕ ਵੱਲ, ਧਿਆਨ ਟੀਚਰ ਵੱਲ, ਧਿਆਨ ਸੇਵਕ ਵੱਲ। ਦੂਸਰਾ ਜਿਹੜਾ ਪੁਆਇੰਟ ਆ, ਸਾਡਾ ਹੱਥ, ਹੱਥ ਨਹੀਂ ਉੱਪਰ ਕਰਨਾ ਕਿਸੇ ਨੇ, ਸਾਡਾ ਹੱਥ ਇਹ ਜਿਹੜਾ ਵਾ ਇੱਥੇ ਰਹਿਣਾ ਚਾਹੀਦਾ ਵਾ, ਠੀਕ ਆ। ਤੀਸਰੀ ਗੱਲ, ਟੀਚਰ ਪੁੱਛੇ, ਸੇਵਕ ਪੁੱਛੇ ਕਿ ਤੁਹਾਨੂੰ ਆਹ ਵਾਲੀ ਗੱਲ ਦੀ ਸਮਝ ਲੱਗ ਗਈ ਆ, ਤੇ ਕਹਿਣਾ ਹਾਂਜੀ ਬੋਲੋ, ਹਾਂਜੀ। ਹੁਣ ਸਾਰਿਆਂ ਨੇ ਹੁਸ਼ਿਆਰ ਆਣਾ, ਹੁਣ ਮੈਂ ਤੁਹਾਡੀ ਅੱਖਾਂ ਦਾ ਦੇਖਣਾ ਕਿ ਕਿਸੇ ਦੀ ਅੱਖ ਵੀ ਨਹੀਂ ਹਿਲਦੀ ਕਿ ਨਹੀਂ ਹਿਲਦੀ ਹੈ ਕਿ ਨਹੀਂ ਹਿਲਦੀ, ਠੀਕ ਆ। ਮੈਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿਹਦੀਆਂ ਅੱਖਾਂ ਹਿਲਦੀਆਂ, ਮੈਨੂੰ ਪਤਾ ਲੱਗ ਜਾਂਦਾ, ਇਸ ਕਰਕੇ ਅੱਖ ਵੀ ਨਹੀਂ ਹਿਲਾਉਣੀ ਆਪਣੀ, ਠੀਕ ਆ। ਅੱਖ ਝਪਕ ਸਕਦੇ, ਇੱਦਾਂ ਕਰਕੇ ਬੰਦ ਕਰ ਸਕਦੇ, ਖੋਲ ਸਕਦੇ, ਲੇਕਿਨ ਹੋਰ ਕਿਸੇ ਪਾਸੇ ਨਹੀਂ ਦੇਖਣਾ, ਠੀਕ ਆ। ਅੱਖ ਝਪਕ ਸਕਦੇ ਹੋ ਲੇਕਿਨ ਕਿਸੇ ਵੱਲ ਨਹੀਂ ਦੇਖਣਾ, ਧਿਆਨ ਸੇਵਕ ਦੇ ਵੱਲ ਹੀ ਰਹਿਣਾ ਚਾਹੀਦਾ। ਹੁਣ ਮੈਂ ਤੁਹਾਡਾ ਟੈਸਟ ਵੀ ਲਵਾਂਗਾ ਵਿੱਚੋਂ, ਕਿ ਤੁਹਾਡੇ 'ਚ ਸਿਰਫ 3 ਜਾਣੇ ਮੈਂ ਸਿਲੈਕਟ ਕਰਨੇ ਆ, 7 ਰਹਿ ਗਏ ਆ, ਇੰਨੇ ਜਾਣਿਆਂ 'ਚ 7 ਜਾਣੇ ਰਹਿ ਗਏ ਆ, 3 ਜਾਣੇ ਮੈਂ ਸਿਲੈਕਟ ਕਰਨੇ ਆ, ਠੀਕ ਆ। ਉਹਨਾਂ ਨੂੰ ਫਿਰ ਅਗਲੀ ਵਾਰੀ ਪ੍ਰਾਈਜ਼ ਮਿਲੇਗਾ, ਜਿਹੜੇ 3 ਧਿਆਨ ਨਾਲ ਸੁਣਨਗੇ, ਧਿਆਨ ਨਾਲ ਬੈਠਣਗੇ। ਜਿਹੜਾ ਯੂਨੀਫਾਰਮ ਅਗਲੇ ਐਤਵਾਰ ਤੱਕ ਲੈ ਕੇ ਅਤੇ ਸਿਲਵਾ ਲਏਗਾ ਨਾ, ਉਹਨੂੰ ਵੀ ਇਨਾਮ ਮਿਲੇਗਾ ਅਗਲੇ ਐਤਵਾਰ। ਪਹਿਲੀ ਗੱਲ ਆ ਧਿਆਨ ਸੇਵਕ ਵੱਲ, ਦੂਜੀ ਗੱਲ ਕਿਹੜੀ ਆ, ਹੱਥ ਆਹ ਵਾਲੇ ਹੱਥ 'ਤੇ, ਤਾਂ ਕਿ ਸਾਡੇ ਹੱਥ ਵੀ ਇੱਧਰ ਉੱਧਰ ਨਾ ਜਾਣ। ਤੀਸਰੀ ਗੱਲ ਆ, ਜਦੋਂ ਸੇਵਕ ਪੁੱਛੇ ਤਾਂ ਜਵਾਬ ਕਿਸ ਤਰ੍ਹਾਂ ਦੇਣਾ ਵਾ, ਹਾਂਜੀ ਬੋਲੋ, ਹਾਂਜੀ, ਸਿਰ ਨਹੀਂ ਮਾਰਨਾ। ਚੌਥੀ ਗੱਲ ਆ,
ਇਬਾਦਤ ਦੇ ਵਿੱਚ ਮੀਟਿੰਗ ਦੇ ਵਿੱਚ ਕਿਸੇ ਦਾ ਮੋਬਾਈਲ ਰਿੰਗ ਕਰਦਾ ਵਾ, ਆਵਾਜ਼ ਆਉਂਦੀ ਆ, ਜਾਂ ਕੋਈ ਬੱਚਾ ਪਿੱਛੇ ਰੋਂਦਾ ਜਾਂ ਕੋਈ ਵੀ ਹਰਕਤ ਹੁੰਦੀ ਆ, ਉੱਧਰ ਨਹੀਂ ਧਿਆਨ ਦੇਣਾ। ਤੂੰ ਦੇਖ ਰਿਹਾ ਕੁਛ ਬੱਚੇ ਬਹੁਤ ਹੁਸ਼ਿਆਰੀ ਨਾਲ ਸੁਣਦੇ ਆ, ਮਤਲਬ ਉਹਨਾਂ ਨੂੰ ਸਮਝ ਲੱਗ ਗਈ ਆ। ਜਿਹੜੀਆਂ ਗੱਲਾਂ ਸਿਖਾਈਆਂ ਯਾਦ ਰੱਖੋਗੇ, ਵਚਨ ਨੂੰ ਯਾਦ ਰੱਖੋਗੇ, ਜਿਹੜੀਆਂ ਗੱਲਾਂ ਸਿਖਾਈਆਂ ਉਹਨਾਂ ਨੂੰ ਯਾਦ ਰੱਖੋਗੇ।